ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਆ ਕਿ ਪਿਛਲੇ ਤਕਰੀਬਨ 27 ਤਰੀਕ ਤੋਂ ਦਾਸ ਹਸਪੀਟਲ ਦੇ ਵਿੱਚ ਐਡਮਿਟ ਆ ਪਹਿਲਾਂ ਬੁਖਾਰ ਸੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਇਲਾਜ ਚੱਲ ਰਿਹਾ ਕੱਲ ਛੁੱਟੀ ਹੋ ਚੱਲੀ ਸੀ ਪਰ ਆਕਸੀਜਨ ਦਾ ਥੋੜਾ ਲੈਵਲ ਘਟਣ ਕਰਕੇ ਡਾਕਟਰਾਂ ਨੇ 2-4 ਦਿਨ ਹੋਰ ਦਵਾਈ ਦੀ ਸਲਾਹ ਦਿੱਤੀ ਆ ਸੋ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਸਦਕਾ ਤਨ ਸ਼੍ਰੀ ਗੁਰੂ ਰਹਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਸਦਕਾ ਆਪ ਸਾਰਿਆਂ ਦੀਆਂ ਅਰਦਾਸਾਂ ਦੇ ਸਦਕਾ ਗੁਰੂ ਕਿਰਪਾ ਕਰੇ ਜਲਦੀ ਤੰਦਰੁਸਤ ਹੋ ਕੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਾਂਗਾ ਭਾਵੇਂ ਮੈਂ ਬਿਮਾਰ ਸੀ ਪਰ ਫਿਰ ਵੀ ਜਿੱਥੇ ਗੁਰੂ ਦੀ ਗੱਲ ਆਉਂਦੀ ਆ ਮੈਂ ਸਮਝਦਾ ਸਾਡੇ ਸਰੀਰਕ ਦੁੱਖ ਦੇ ਨਾਲੋਂ ਸਾਨੂੰ ਗੁਰੂ ਦਾ ਦੁੱਖ ਜਿਹੜਾ ਉਹ ਵੱਡਾ ਗੁਰੂ ਦਾ ਆਦਰ ਸਤਕਾਰ ਸਾਡੇ ਲਈ ਵੱਡਾ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਸਿੱਖ ਲਈ ਉਜਾੜ ਜੋ ਮਸਲਾ ਤਾਂ શ્રી ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚੋਂ ਪਹਿਲਾਂ 267 ਹੁਣ 300 ਤੋਂ ਉੱਪਰ ਅਣਗਿਣਤ ਸਰੂਪਾਂ ਦਾ ਮਸਲਾ ਜਿਹੜਾ ਗੁੰਮ ਹੋਣ ਦਾ ਉਹ ਬੜਾ ਦੁਖਦਾਈ ਹੈ। ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਬਿਆਨ ਦਿੱਤਾ ਸੀ ਕੋਈ ਲਿਖਤ ਪੜਤ ਦੇ ਵਿੱਚ ਫਰਕਿਆ। ਕੋਈ ਸਰੂਪ ਗੁੰਮ ਨਹੀਂ ਹੋਇਆ ਪਰ ਮੈਂ ਸਮਝਦਾ ਅੱਜ ਉਹਨਾਂ ਨੂੰ ਵੀ ਇਸ ਗੱਲ ਤੋਂ ਜਿਹੜਾ ਹੈ ਮਹਿਸੂਸ ਹੋਇਆ ਹੋਵੇਗਾ ਕਿ ਜਦੋਂ ਅੱਜ ਗੱਲ ਸਾਹਮਣੇ ਆ ਗਈ ਹੈ ਕਿ ਲਿਖਤ ਪੜਤ ਦੀ ਗਲਤੀ ਨਹੀਂ ਵਾਕਿਆ ਹੀ ਸਰੂਪ ਗੁੰਮ ਹੋਏ ਨੇ। ਪਰ ਸਰੂਪ ਗੁੰਮ ਹੋ ਕੇ ਗਏ ਕਿੱਥੇ ਆ? ਇਹ ਅਜੇ ਤੱਕ ਨਹੀਂ ਮਿਲੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਜਿਹਨੂੰ ਸ਼ਹਾਦਤਾਂ ਪਾ ਕੇ ਸਾਡੇ ਬਜ਼ੁਰਗਾਂ ਨੇ ਹੌਂਦ ਵਿੱਚ ਲਿਆਂਦਾ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸਮਝਦਾ ਕਿ 100 ਸਾਲਾਂ ਦਾ ਸਾਨਾ ਮੱਤਾ ਇਤਿਹਾਸ ਜਿਹੜਾ ਸੀ 100 ਸਾਲ ਪੂਰਾ ਹੋਣ ਤੋਂ ਪਹਿਲਾਂ ਮੌਜੂਦਾ ਪ੍ਰਬੰਧ ਜਿਹੜਾ ਸ਼ਰੌਣੀ ਕਮੇਟੀ ਦਾ ਉਹਨਾਂ ਨੇ ਉਹ ਸਾਰਾ ਇਤਿਹਾਸ ਕਲੰਕਿਤ ਕਰ ਦਿੱਤਾ ਕੀ ਸਾਡੀ ਸਿੱਖ ਪੰਥ ਦੀ ਸਰਮੌਰ ਸੰਸਥਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੰਭਾਲ ਨਹੀਂ ਕਰ ਸਕੀ ਬਹੁਤ ਜ਼ਿਆਦਾ ਦੁਖਦਾਈ ਗੱਲ ਹਰ ਦੁਨੀਆ ਤੇ ਦੁਨੀਆ ਤੇ ਹਰ ਸਿੱਖ ਦਾ ਹਿਰਦਾ ਬਲੁੰਦਰਿਆ ਪਿਆ ਜੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੈਰ ਸਿੱਖ ਵੀ ਨਤਮਸਤਕ ਹੁੰਦਾ ਸ਼ਰਧਾ ਰੱਖਦਾ ਉਹਦਾ ਵੀ ਹਿਰਦਾ ਬਲੁੰਦਰਿਆ ਪਿਆ ਕਿ ਆਖਰ ਸ਼੍ਰੋਮਣੀ ਕਮੇਟੀ ਨੇ ਕੀਤਾ ਕੀ ਮੈਂ ਕੋਈ ਦਿਨ ਪਹਿਲਾਂ ਕਿਹਾ ਸੀ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦਾ ਪ੍ਰਬੰਧ ਵਿੱਚ ਸ਼ਰੋਮਣੀ ਗੁਰਦੁਆਰਾ ਘਟਾਲਾ ਕਮੇਟੀ ਬਣ ਗਈ ਆ ਪਰ ਹੁਣ ਇਹ ਸਾਰੀ ਗੱਲ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਆ ਹੁਣ ਕੋਈ ਵੀ ਓਲਾ ਨਹੀਂ ਐ ਕਿਸੇ ਗੱਲ ਦਾ ਸੋ ਇਸ ਕਰਕੇ ਬਹੁਤ ਦੁਖਦਾਈ ਗੱਲ ਅਜੇ ਇਹ ਗੱਲ ਸਾਹਮਣੇ ਆਈ ਸੀ ਹੁਣ ਕੈਨੇਡਾ ਦੀ ਖਬਰ ਸਾਹਮਣੇ ਆ ਰਹੀ ਹੈ 450 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੇ ਕੀ ਹਾਲਾਤ ਹੋਏ ਉਹਨਾਂ ਦੇ 2016 ਦੀ ਗੱਲ ਸਾਹਮਣੇ ਆ ਰਹੀ ਹੈ ਬਹੁਤ ਦੁਖਦਈ ਗੱਲ ਹੈ ਇਦੋਂ ਵੱਡਾ ਦੁੱਖ ਕੋਈ ਹੋਰ ਨਹੀਂ ਹੋ ਸਕਦਾ ਬਹੁਤ ਚੰਗੇ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਚ ਚੰਗੇ ਮੈਂਬਰ ਵੀ ਐ ਸਤਿਕਾਰ ਕਰਦਾ ਪਰ ਅੱਜ ਸਾਰਿਆਂ ਨੂੰ ਫਰਜ ਪਛਾਣਨਾ ਚਾਹੀਦਾ ਕਿ ਜਿਹੜੇ ਵੀ ਦੋਸ਼ੀ ਆ ਉਹਨਾਂ ਤੇ ਕਾਰਵਾਈ ਕਰਾਉਣ ਲਈ ਕਿਸੇ ਨੂੰ ਧੜੇ ਦਾ ਨਹੀਂ ਧਰਮ ਦਾ ਸਹਾਰਾ ਲੈਣਾ ਚਾਹੀਦਾ ਅੱਜ ਧੜਿਆਂ ਤੋਂ ਉੱਪਰ ਉੱਠ ਕੇ ਧਰਮ ਦੀ ਗੱਲ ਨੂੰ ਮੂਹਰੇ ਰੱਖ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਮੈਂ ਬੇਨਤੀ ਕਰੂੰਗਾ ਸਿਆਣਿਆਂ ਨੇ ਕਿਹਾ ਕਿ 100 ਗੁਨਾਹਗਰ ਬਖਸ਼ਿਆ ਜਾਵੇ ਪਰ ਕੋਈ ਬੇਗੁਨਾਹ ਨਹੀਂ ਫਸਣਾ ਚਾਹੀਦਾ 16 ਮੁਲਾਜ਼ਮਾਂ ਨੂੰ ਜਿਸ ਤਰ੍ਹਾਂ ਕਾਰਵਾਈ ਹੋਈ ਹੈ ਪਰ ਇਹ ਨਹੀਂ ਕਿ ਕੋਈ ਛੋਟੇ ਮੁਲਾਜ਼ਮ ਵਲੀ ਦੇ ਬੱਕਰੇ ਬਣ ਜਾਣ ਤੇ ਵੱਡੇ ਦੋਸ਼ੀ ਮਗਰਮਸ ਜਿਹੜੇ ਉਹ ਬਚ ਜਾਣ ਜਿਵੇਂ ਕਹਾਵਤ ਹੈ ਕਹਿੰਦੇ ਚੰਮ ਜੂਆਂ ਮਾਰਨੀਆਂ ਮੱਝ ਮਾਰੋ ਮੱਝ ਮਰ ਗਈ ਚੰਮ ਜੂਆਂ ਮਰ ਜਾਣਗੀਆਂ ਪਰ ਕੱਲੀਆਂ ਚੰਮ ਜੂਆਂ ਮਰਿਆਂ ਮੱਝ ਫੇਰ ਸਲਾਮਤ ਰਹੂ ਤੇ ਚੰਮ ਜੂਆਂ ਫੇਰ ਪੈਦਾ ਹੋਣਗੀਆਂ ਅੱਜ ਜਿਹੜੀ ਮੱਝ ਆ ਜਿੰਨੇ ਚੰਮ ਜੂਆਂ ਖਲਾਰੀਆਂ ਜਿਨ੍ਹਾਂ ਨੇ ਗੈਲੀ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲਣੀ ਕੀਤੀ ਹੋਰ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ ਸੋ ਮੈਂ ਬੇਨਤੀ ਕਰੂੰਗਾ ਗੁਨਾਹਗਾਰ ਬਖਸ਼ੇ ਨਹੀਂ ਜਾਣੇ ਚਾਹੀਦੇ ਪਰ ਕੋਈ ਵੀ ਬੇਗੁਨਾ ਨਹੀਂ ਫਸਣਾ ਚਾਹੀਦਾ ਬੜੇ ਬੇਕਸੂਰ ਸਿੱਖ ਸਾਡੇ ਜੇਲਾਂ ਚ ਬੰਦੇ ਆ ਮੈਂ ਖੁਦ ਬੇਕਸੂਰ ਨੇ ਬੜੀਆਂ ਜੇਲਾਂ ਕਟੀਆਂ ਮੁਕਦਮੇ ਝਾਕੇ ਆ ਮੈਨੂੰ ਪਤਾ ਬੇਕਸੂਰ ਜੇਲ ਕੱਟਣ ਦਾ ਕਿੰਨਾ ਦੁੱਖ ਹੁੰਦਾ ਬਹੁਤ ਸਾਰੇ ਅੱਜ ਵੀ ਜੇਲਾਂ ਚ ਬੰਦੇ ਆ ਇਸ ਕਰਕੇ ਕੋਈ ਵੀ ਬੇਕਸੂਰ ਫਸਣਾ ਨਹੀਂ ਚਾਹੀਦਾ ਕਸੂਰਵਾਰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿੰਨੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਸੰਤ ਮਹਾਪੁਰਸ਼ਾ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਸਭਾ ਸੁਸਾਇਟੀਆਂ ਕਿਸਾਨ ਜਥੇਬੰਦੀਆਂ ਮੈਂ ਸਮਝਦਾ ਸਭ ਨੂੰ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅੱਜ ਰੋਟੀਆਂ ਸੇਕਣ ਦੀ ਲੋੜ ਨਹੀਂ ਰਾਜਨੀਤੀ ਕਰਨ ਦੀ ਲੋੜ ਨਹੀਂ ਧੜੇਬਾਜ਼ੀਆਂ ਦੀ ਗੱਲ ਨਹੀਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਹੁਣ ਕਿਸੇ ਦਾ ਪੱਖਪਾਤ ਨਾ ਕਰੇ ਦੋਸ਼ੀਆਂ ਤੇ ਐਫ ਆਈ ਆਰ ਦਰਜ ਕਰੇ ਜਾਂਚ ਕਰੇ ਇਨਵੈਸਟੀਗੇਸ਼ਨ ਕਰੇ ਦੋਸ਼ੀ ਕਿੱਥੇ ਨੇ ਅਸਲ ਦੋਸ਼ੀ ਕੌਣ ਨੇ ਉਹਨਾਂ ਤੇ ਕਾਰਵਾਈ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਨੇ ਉਹ ਸਾਰੇ ਸਰੂਪ ਜਿਹੜੇ ਆ ਉਹ ਉਪਲਬਧ ਕਰਕੇ ਤੇ ਗੁਰਦੁਆਰਾ ਸਾਹਿਬ ਸਭਾਏ ਵਾਣ ਕੀਤੇ ਜਾਣ ਸੋ ਇਹ ਮੇਰੀ ਬੇਨਤੀ ਆ ਭਾਵੇਂ ਮੇਰੀ ਸਿਹਤ ਠੀਕ ਨਹੀਂ ਸੀ ਪਰ ਗੁਰੂ ਦੀ ਗੱਲ ਨਾਲੋਂ ਵੱਡੀ ਕੋਈ ਗੱਲ ਨਹੀਂ ਆ ਗੁਰੂ ਦੇ ਨਾਂ ਤੋਂ ਕਰੋੜਾਂ ਜਨਮ ਵੀ ਕੁਰਬਾਨ ਨੇ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਬਹੁਤ ਵੱਡੀ ਦੁਖਦਾਈ ਗੱਲ ਐ ਇਹ ਦੁਖਦਾਈ ਗੱਲ ਦਾੰਤ ਹੋਣਾ ਚਾਹੀਦਾ ਕਿ ਜਿਹੜੇ ਲੋਕ ਜਿਨ੍ਹਾਂ ਨੇ ਅੱਜ 100 ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦਾ ਭੋਗ ਪਾ ਦਿੱਤਾ ਉਹ ਦੋਸ਼ੀ ਬਖਸ਼ੇ ਨਹੀਂ ਜਾਣੇ ਚਾਹੀਦੇ ਸਾਡੀ ਇਹ ਜਿਹੜੀ ਸਾਨਾ ਮੱਤੀ ਸੰਸਥਾ ਇਹਦਾ ਇਤਿਹਾਸ ਮੁੜ ਸੁਰਜੀਤ ਹੋਣਾ ਚਾਹੀਦਾ ਤੇ ਮੌਜੂਦਾ ਜਿਹੜਾ ਨਰੇਨੂ ਮਹੰਤ ਤੇ ਮੱッセ ਰੰਗੜ ਵਾਲਾ ਜਿਹੜਾ ਪ੍ਰਬੰਧ ਹੈ ਮਲਕ ਭਾਗੋ ਵਾਲਾ ਅੱਜ ਇਹਦੇ ਤੋਂ ਨਜਾਤ ਪਾਉਣ ਦਾ ਟਾਈਮ ਆ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਦੇਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਪਰ ਇੱਕ ਬੇਨਤੀ ਆ ਕੱਲੇ ਧਰਨੇ ਮੁਜਾਰੇ ਜਾਂ ਕੱਲਾ ਬਿਆਨਬਾਜ਼ੀ ਜਾਂ ਕੱਲੀ ਰਾਜਨੀਤੀ ਦੀ ਗੱਲ ਨਹੀਂ ਇਹਦੇ ਤੇ ਹੋਣੀ ਚਾਹੀਦੀ ਸਾਡੀ ਆਸਥਾ ਨਾਲ ਜੁੜਿਆ ਮਸਲਾ ਧਰਮ ਨਾਲ ਜੁੜਿਆ ਮਸਤਾ ਮਸਲਾ ਸੇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਇਸ ਮਸਲੇ ਦੇ ਉੱਤੇ ਦੋਸ਼ੀਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਤੇ ਸਾਰਿਆਂ ਨੂੰ ਇਨਸਾਫ ਦੀ ਆਵਾਜ਼ ਜਿਹੜੀ ਆ ਉਹ ਬਲੰਦ ਕਰਨੀ ਚਾਹੀਦੀ ਆ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਕਿਰਪਾ ਕਰੇ ਜਲਦੀ ਤੰਦਰੁਸਤ ਹੋ ਕੇ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਦਿਦਾਰੀ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ